ठीक है जी, ओके जी, हाँ जी, मिलते हैं जी, फिर 5 बजे आऊँगी मैं। ओके, थैंक यू। दूसरी साइड तो उठे गोली बन गई, इथे नहीं बनाई, इथे ओही पुराना पाइप जिहड़ा साफ करने वाली सी पहल दे दर ते ओ काम सी ओ अपना हो गया आ भी हो जांदा कोई गल नहीं हजे आ जिन्ना कहेगा आ वध नुकसान ना हो जाए ये भी करवा लेने ते काम ही छोटा मेरे कोल इकट्ठे होके गए सी तलवन ते लोग सारे इत्थे सड़क बन दे नाल ना इन्हां दा पानी जिहड़ा ओ बन लग गया ते पिछे ना सैकड़े एकड़ जमीन आ जिहड़ी इन्ने क मीं दे नाल झोना पिया खड़ा है और इहदा क्योंकि इत्थों दी कूह लिया इह ड्रेन वगदी सी और सड़क बन दे नाल इह ना अपना बन लग गया पानी नूं ठीक है हुण ओह नहीं कहिंदे आपां तुसीं जदों रोड बणाई है ना इत्थों दी छोटा पाइप पाया होया 9 इंची दा है ना ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਵੇਂ ਪਾਇਆ ਤੁਸੀਂ ਕਿਵੇਂ ਅਸੈਸਮੈਂਟ ਕੀਤੀ ਆ ਕਿ ਵੀ ਇਹ 9 ਇੰਚੀ ਦਾ ਪਾਈਪ ਜਿਹੜਾ ਆ ਉਹ ਪਿਛਲੇ 100-150 ਕਿੱਲੇ ਦਾ ਪਾਣੀ ਜਿਹੜਾ ਉਹ ਅੱਗੇ ਭੇਜ ਦੂਗਾ ਇਹ ਕਿਹੜੀ ਪ੍ਰੋਵੀਜ਼ਨ ਰੱਖੀ ਤੁਸੀਂ ਕਿਵੇਂ ਕੀਤਾ ਫੌਰਨ ਸੁਣ ਲਓ ਮੇਰੀ ਗੱਲ ਜੋ ਵੀ ਕੀਤਾ ਆ ਜੇ ਪਹਿਲਾਂ ਦਾ ਇੱਥੇ ਕੁਛ ਪਿਆ ਹੋਇਆ ਸੀ ਮੰਨ ਲਓ ਕਿ ਪਾਈਪ ਇਹ ਜ਼ਿਮੀਂਦਾਰਾਂ ਨੇ ਮੌਕੇ 'ਤੇ ਪਾਇਆ ਹੋਊਗਾ ਜਦ ਤੁਹਾਨੂੰ ਪਤਾ ਆ ਕਿ ਇੱਥੇ ਪਾਈਪ ਦੀ ਜ਼ਰੂਰਤ ਹੈ ਫਿਰ ਤੁਸੀਂ ਇਹਨੂੰ ਕਿਉਂ ਨਹੀਂ ਆਪਣੀ ਪ੍ਰੋਵੀਜ਼ਨ ਦੇ ਵਿੱਚ ਲਿਆ ਠੀਕ ਹੈ ਹੁਣ ਤੁਸੀਂ ਇਹਨੂੰ ਸੁਣ ਲਓ ਮੇਰੀ ਗੱਲ ਤੁਹਾਡੇ ਕੋਲ ਆਪਸ਼ਨ ਕੋਈ ਨਹੀਂ ਹੈ ਮੌਕੇ 'ਤੇ ਪਹੁੰਚ ਜਾਓ ਮੌਕੇ 'ਤੇ ਪਹੁੰਚ ਜਾਓ ਇੱਕ 9 ਇੰਚੀ ਦਾ ਪਾਈਪ ਪਾਇਆ ਹੋਇਆ ਤੁਸੀਂ ਇੱਕ 12 ਇੰਚੀ ਦਾ ਪਾਈਪ ਇੱਥੇ ਨਾਲ ਹੋਰ ਪਵਾ ਦਿਓ ਔਰ ਇਹ ਫੌਰਨ ਕਰਨ ਵਾਲਾ ਕੰਮ ਆ ਨਹੀਂ ਤਾਂ ਸਾਰੀ ਦੀ ਸਾਰੀ ਜਿੰਨੀ ਇੱਥੇ 150-200 ਏਕੜ ਜੇ ਜ਼ਮੀਨ ਖਰਾਬ ਹੁੰਦਾ ਝੋਨਾ ਖਰਾਬ ਹੁੰਦਾ ਤਾਂ ਰਿਸਪੋਂਸੀਬਲ ਤੁਸੀਂ ਹੋਵੋਗੇ ਅੱਜ ਦੀ ਅੱਜ ਇਹਦਾ ਕੁਛ ਕਰਕੇ ਤੁਸੀਂ ਆ ਕੇ ਦੇਖੋਗੇ ਇੱਥੇ ਹਾਲਾਤ ਤਾਂ ਦੇਖੋ ਆ ਕੇ ਕੀ ਬਣੇ ਹੋਏ ਨੇ ਮੀਂਹ ਅਜੇ ਪਿਆ ਹੀ ਨਹੀਂ ਪਾਣੀ ਹੌਲੀ ਹੌਲੀ ਚੱਲਦਾ ਜਾਵੇ ਅਸੀਂ ਅਗਲੇ ਮੋਹਰਲੇ ਖੇਤ ਵੀ ਦੇਖਣੇ ਆ ਕਿ ਉਹਨਾਂ ਦਾ ਪਾਣੀ ਨਾਲ ਦੀ ਨਾਲ ਨਿਕਲਦਾ ਰਹੇ ਠੀਕ ਹੈ ਇਹਨੂੰ ਬਹੁਤਾ ਮੀਂਹ ਆਉਣ ਤੋਂ ਪਹਿਲਾਂ ਸੰਭਾਲ ਲਓ ਤੇ ਇਹ ਵੱਧ ਵੀ ਸਕਦਾ ਤੁਹਾਡਾ ਮੁੱਦਾ ਜੇ ਤੁਸੀਂ ਇਹਨੂੰ ਨਹੀਂ ਅੱਜ ਹੈਂਡਲ ਕਰਦੇ ਕਰੋ ਭੇਜੋ ਜਿਹਨੂੰ ਮਰਜ਼ੀ ਕੋਈ ਨਹੀਂ ਜੀ ਕਰਨ ਵਾਲਾ ਕੰਮ ਆ ਔਰ ਹੋ ਜਾਊਗਾ ਮਗਰ ਪੈ ਕੇ ਕਰਾਵਾਂਗੇ ਠੀਕ ਹੈ ਔਰ ਅੱਗੋਂ ਵੀ ਦੇਖਦੇ ਹਾਂ ਆਪਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਹੋਰ ਦੇਖਦੇ ਹਾਂ ਤੁਸੀਂ ਸਾਰੇ ਆ ਕਿਉਂਕਿ ਤੁਹਾਡੇ ਖੇਤ ਆ ਤੁਸੀਂ ਮਾਲਕ ਆ ਤੁਸੀਂ ਵਧੀਆ ਹੱਲ ਕੱਢ ਸਕਦੇ ਹੋ ਵਧੀਆ ਰਸਤਾ ਕੱਢ ਸਕਦੇ ਹੋ ਤੁਸੀਂ ਸਾਰੇ ਜਣੇ ਰਲ ਮਿਲ ਕੇ ਕਿਉਂਕਿ ਨੁਕਸਾਨ ਇੱਧਰ ਵੀ ਆ ਨੁਕਸਾਨ ਇੱਧਰ ਵੀ ਆ ਜਿੱਥੇ ਕਹਿੰਦਾ ਉਹ ਪਾਣੀ ਜਮਕਦਾ ਆਹ ਕਰਦੇ ਇੱਥੇ ਆਪਣੀ ਜ਼ਮੀਨ ਆ ਇੱਥੇ ਹੁਣ ਅਸੀਂ 3 ਲੱਖ ਦੀ ਹੁਣ ਮਿੱਟੀ ਪਵਾਈ ਆ ਕਣਕ ਮਰ ਗਈ ਕਣਕ ਐ ਕਿ 7 ਲੱਖ ਦੀ ਸਾਡੀ ਘਟ ਗਈ ਆ ਚਲੋ ਆਪਾਂ ਕਹਿੰਦੇ ਇਹਨਾਂ ਦਾ ਵੀ ਹੋਵੇ ਗਾਂ ਵੀ ਜਿੱਦਾਂ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੰਨੇ ਮਤਲਬ ਆ ਘੱਟੋ ਘੱਟ ਨਹੀਂ ਤੇ ਥੋੜੀ 400-500 ਏਕੜ ਜ਼ਮੀਨ ਪ੍ਰਭਾਵਿਤ ਹੁੰਦੀ ਹੈ ਹਾਂਜੀ ਜੇ ਅਸੀਂ ਇਹਦੇ ਵਿੱਚ 10-10 ਕਿੱਲਿਆਂ ਦਾ ਇੱਕ ਇੱਕ ਬਣਾ ਕੇ ਨਾ ਕਲਸਟਰ ਜਿਹਾ ਇੱਕ ਇੱਕ ਬੋਰ ਕਰ ਲਈਏ ਜਿਹੜਾ ਫਿਲਟਰ ਹੋ ਕੇ ਪਾਣੀ ਥੱਲੇ ਜਾਊਗਾ ਉਹਨੂੰ ਸੋਕ ਪਿੱਟ ਕਹਿੰਦੇ ਆ
ਕਿ ਇੱਕ ਅਸੀਂ ਬੋਰ ਜਿਹੜਾ ਹਰ 10 ਕਿੱਲਿਆਂ ਪਿੱਛੇ ਇੱਕ ਬੋਰ ਹੋ ਜਾਏ ਜਿਹੜਾ ਆਹ ਮੁਸੀਬਤ ਆਪਾਂ ਨੂੰ ਪੈਂਦੀ ਆ ਅੱਗੋਂ ਦੀ ਅੱਗੋਂ ਆਪਣੇ ਕੋਲ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਦੀ ਕਿ ਜਿੱਥੇ ਜਾ ਕੇ ਕੂਲ ਨਿਕਲਦੀ ਆ ਨਾ ਆਪਣੀ ਡਰੇਨ ਉਹਤੋਂ ਅੱਗੇ ਹੈ ਹੀ ਨਹੀਂ ਜੇ ਜ਼ਿਆਦਾ ਮੀਂਹ ਪੈਂਦੇ ਤਾਂ ਪਾਣੀ ਪਿੱਛੇ ਨੂੰ ਹੀ ਮੁੜਨਾ ਅੱਗੇ ਨੂੰ ਨਹੀਂ ਜਾਣਾ ਠੀਕ ਹੈ ਜੀ ਇਸ ਕਰਕੇ ਆਪਾਂ ਇੱਕ ਤਾਂ ਇਹ ਫਿਕਰ ਆਪਾਂ ਕਰ ਲਈਏ ਕਿ ਵੀ ਆਉਣ ਵਾਲੇ ਸਮੇਂ 'ਚ ਇੱਕ ਸਾਲ ਵੀ ਤੁਹਾਡੀ ਫਸਲ ਮਰ ਜਾਂਦੀ 6 ਮਹੀਨਿਆਂ ਦੀ ਲੱਖਾਂ ਕਰੋੜਾਂ ਦੇ ਵਿੱਚ ਖਰਚਾ ਇਹ ਜਾਂਦਾ ਕਰੋੜਾਂ ਦੀ ਫਸਲ ਮਰਦੀ ਹੈ ਅਸੀਂ 10-10, 15-15 ਪਿੰਡਾਂ ਦੇ ਪਿੱਛੇ ਇੱਕ ਬੋਰ ਕਰਵਾ ਲਈਏ ਸੋਕ ਪਿੱਟ ਜਿਹਦੇ ਥੱਲੇ ਅਸੀਂ ਸਾਰਾ ਕੋਲਾ ਪੱਥਰ ਜੋ ਵੀ ਪੈਂਦਾ ਪਾ ਕੇ ਤਾਂ ਕਿ ਪਾਣੀ ਫਿਲਟਰ ਹੋ ਕੇ ਧਰਤੀ ਦੇ ਵਿੱਚ ਜਾਵੇ ਉਹਦੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਰਨ ਵਾਲਾ ਕੰਮ ਇਹ ਵੀ ਨਾਲ ਦੀ ਨਾਲ ਜਦੋਂ ਕੋਈ ਮੁਸੀਬਤ ਪੈਂਦੀ ਹੱਲ ਵੀ ਉਦੋਂ ਨਿਕਲਦੇ ਆ ਆਪਾਂ ਇਸ ਮੁਸੀਬਤ ਦੇ ਵਿੱਚੋਂ ਇਹ ਹੱਲ ਕੱਢੀਏ ਇਹ 'ਚ ਦੋਹਰਾ ਹੱਲ ਸਾਡਾ ਇੱਕ ਤਾਂ ਸਾਡਾ ਪਾਣੀ ਜਿਹੜਾ ਮੀਂਹ ਦਾ ਸਾਂਭਿਆ ਜਾਊਗਾ ਧਰਤੀ ਹੇਠਲਾ ਪਾਣੀ ਸਾਡਾ ਉੱਪਰ ਆਊਗਾ ਭੜਕ ਨੂੰ ਆਪਾਂ ਉਹੀ ਪਾਣੀ ਕੱਢ ਕੇ ਦੁਬਾਰਾ ਵਰਤੀਏ ਅਤੇ ਨਾਲੇ ਆਹ ਜਿਹੜੇ ਸਾਡੇ ਝਗੜੇ ਨੇ ਕਿ ਪਾਣੀ ਇੱਕ ਖੇਤ 'ਚੋਂ ਜੋ ਦੂਜੇ ਖੇਤ 'ਚ ਜਾਂਦਾ ਦੂਜੇ ਨੂੰ ਦੁੱਖ ਤਾਂ ਲੱਗਣਾ ਨਾਲੇ ਉਹ ਖਤਮ ਹੁੰਦੇ ਆ ਇਹ ਮੇਰੀ ਤੁਹਾਨੂੰ ਰਿਕੁਐਸਟ ਹੈ ਜਿੱਥੇ ਮੇਰੀ ਮਦਦ ਦੀ ਜ਼ਰੂਰਤ ਹੋਊਗੀ ਮੈਂ ਤੁਹਾਡੇ ਵਾਸਤੇ ਮੇਰਾ ਤੁਹਾਡਾ ਬੋਰ ਵਾਲੀ ਸਕੀਮ ਹੈ ਨਾ ਸਭ ਤੋਂ ਵਧੀਆ ਚੀਜ਼ ਤੁਹਾਨੂੰ ਆਪਣੇ ਆਪ ਨੂੰ ਤਸੱਲੀ ਹੋਊਗੀ ਮੈਂ ਇੱਕ ਸਾਲ ਨਹੀਂ ਤਾਂ ਦੂਜੇ ਸਾਲ ਤੁਹਾਨੂੰ ਲੱਖਾਂ ਰੁਪਈਆਂ ਦਾ ਘਾਟਾ ਪੈਂਦਾ ਇੱਕ ਇੱਕ ਜ਼ਿੰਮੇਦਾਰ ਨੂੰ ਅਤੇ ਉਹਦੇ 'ਤੇ ਕਿੰਨਾ ਖਰਚਾ ਆਜੂ ਮੈਨੂੰ ਨਹੀਂ ਲੱਗਦਾ ਕਿ 1 ਲੱਖ ਰੁਪਏ ਦਾ ਖਰਚਾ ਹੈ ਉਹ ਤੋਂ ਘੱਟ ਦੇ ਖਰਚੇ ਦੇ ਆਪਾਂ ਕਿਹੜੀ ਮੋਟਰ ਪਾਉਣੀ ਵਿੱਚ ਮੇਰਾ ਖਿਆਲ ਹੈ 50-50 ਹਜ਼ਾਰ ਦੇ ਵਿੱਚ ਬੋਰ ਸਾਡਾ ਆਰਾਮ ਨਾਲ ਹੋ ਸਕਦਾ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਸਰਕਾਰੀ ਤੌਰ 'ਤੇ ਵੀ ਮੈਂ ਇਹਦਾ ਟਾਈ ਅਪ ਕਰਾਂ ਕਿ ਸਾਨੂੰ ਸਬਸਿਡੀ ਜਾਂ ਕੋਈ ਹੋਰ ਚੀਜ਼ ਕੀ ਮਿਲਦੀ ਜ਼ਿੰਮੇਦਾਰ ਪੈਸੇ ਲਾ ਬਿਲਕੁਲ 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 ਵਧੀਆ ਗੱਲ ਹੈ ਇਹ ਵੀ ਆ ਦੇਖੋ ਇਹਦੀ ਵਿਚਾਰੇ ਦੀ ਆ ਜ਼ਮੀਨ ਕਣਕ ਦੇ ਮਰ ਗਈ ਫਿਰ ਕਣਕ ਦੇ ਮਰ ਗਏ ਕੋਈ ਗੱਲ ਨਹੀਂ ਜੀ ਮੈਂ ਗਵਰਨਮੈਂਟ ਨੇ ਕੀ ਕੀਤੇ ਤੁਹਾਡਾ ਟੂਲ ਹੈ ਵੀ ਅਸੀਂ ਕੀ ਦੇਖੋ ਜਦੋਂ 5 ਖੇਤ ਮਰੇ 2.5 ਲੱਖ ਦੇ ਮਰ ਗਏ ਹਾਂਜੀ ਘੱਟੋ ਘੱਟ ਖਰਚਾ ਪੈ ਗਿਆ ਮੈਂ ਮਿਨੀਮਮ ਦੀ ਗੱਲ ਕਰਦੀ ਹਾਂ 60,000 ਦੀ ਵੀ ਕਣਕ ਨਿਕਲੇ ਆਉਂਦੀ ਹੈ ਮੈਂ ਆਪ ਖੇਤੀ ਕਰਦੀ ਹਾਂ 2.5 ਲੱਖ ਦੇ ਮਰ ਗਏ ਜੇ ਅਸੀਂ ਇੱਕ 50,000 ਦਾ ਬੋਰ ਕਰਾ ਲਈਏ ਹਾਂਜੀ ਆਪਣੇ ਕਿੱਲਿਆਂ ਦੇ ਵਿੱਚ ਤੇ ਅਸੀਂ ਸਦਾ ਵਾਸਤੇ ਸੁਰੱਖਿਅਤ ਹੋ ਗਏ ਆਪਾਂ ਇੱਧਰ ਨੂੰ ਤੁਰੀਏ ਮੈਂ ਜਿਹੜੇ ਵੀ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਲੋਕ ਨੇ ਕੋਸ਼ਿਸ਼ ਉਹਨਾਂ ਨੂੰ ਕਹਿ ਕੇ ਆਪਾਂ ਸਾਰਿਆਂ ਨਾਲ ਮੈਂ ਕੋਸ਼ਿਸ਼ ਕਰਦੀ ਹਾਂ ਤਹਿਸੀਲ ਵਿਭਾਗ ਨੂੰ ਕਹੂੰਗੀ ਤਹਿਸੀਲਦਾਰ ਨੂੰ ਕਹੂੰਗੀ ਕਿ ਉਹ ਖੇਤਾਂ ਦਾ ਪਲਾਨ ਕਰੇ ਕਿ ਅਸੀਂ ਹਰ 10 ਕਿੱਲਿਆਂ ਦੇ ਪਿੱਛੇ ਇੱਕ ਬੋਰ ਕਰ ਲਈਏ ਬੇਸ਼ੱਕ ਮਿਲ ਕੇ ਕਰ ਲਓ ਜ਼ਿੰਮੇਦਾਰ ਜਿਹੜੇ ਛੋਟੇ ਜ਼ਿੰਮੇਦਾਰ ਉਹ ਮਿਲ ਕੇ ਕਰ ਲੈਣ ਵੱਡੇ ਜ਼ਿੰਮੇਦਾਰ ਆਪਣਾ ਆਪਣਾ ਕਰ ਲੈਣ ਆਪਾਂ ਨੂੰ ਇਸ ਪਾਸੇ ਤੁਰਨਾ ਪੈਣਾ ਦੋਹਰਾ ਫਾਇਦਾ ਆਹ ਜਿਹੜਾ ਆਹ ਟਾਈਮ ਹੈ ਨਾ ਸਾਡਾ ਹਾਂਜੀ ਪਾਣੀ ਬਚਾਉਣ ਦਾ ਹੈ ਇਹ ਸਾਰਾ ਅਸੀਂ ਪਾਣੀ ਦੇ ਨਾਲ ਘੋਲ ਕਰਦੇ ਹਾਂ ਆਪਾਂ ਪਵਾਲੀ ਨੇ ਆ ਜਿੰਨੇ ਕੁ ਲੋੜਾਂ ਪਵਾਲੀ ਨੇ ਆਪਾਂ ਕਿਹੜੇ ਕਿੰਨੇ ਆਪਾਂ ਦੇਖੋ ਪਾਣੀ ਦੇ ਨਾਲ ਘੋਲ ਕਰਦੇ ਪਏ ਆ ਆਉਣ ਵਾਲੇ 17 ਸਾਲਾਂ 'ਚ ਸਾਡਾ ਮਾਰੂਥਲ ਬਣਿਆ ਪਿਆ ਹੈ ਫਿਰ ਕੀ ਕਰਾਂਗੇ ਹੁਣ ਪਾਣੀ ਲਈ ਲੜਦੇ ਹਾਂ ਆਪੇ ਪਾਣੀ ਬਸ ਫਿਰ ਪਾਣੀ ਲਈ ਦੂਸਰੀ ਤਰ੍ਹਾਂ ਲੜਨਾ ਸੀ ਬਿਲਕੁਲ ਫਿਰ ਪੀਣ ਨੂੰ ਵੀ ਲੱਭਣਾ ਪਾਣੀ ਠੀਕ ਹੈ ਨਾ ਜੀ ਸਹੀ ਗੱਲ ਹੈ ਸਾਡਾ ਇਹ ਮਿੱਠਾ ਪਾਣੀ ਹੈ ਜਿਹੜਾ ਸਾਨੂੰ ਮੀਂਹ ਦਾ ਮਿਲਦਾ ਆਪਾਂ ਇਹਨੂੰ ਸੰਭਾਲ ਲਈਏ ਹਾਂਜੀ ਇਸ ਮੁਸੀਬਤ ਦੇ ਨਾਲ ਮੁਸੀਬਤ 'ਚੋਂ ਹੱਲ ਨਿਕਲਦਾ ਆਪਾਂ ਉਸ ਹੱਲ ਵੱਲ ਨੂੰ ਤੁਰੀਏ ਸਾਰੇ ਤੁਸੀਂ ਸਹਿਮਤ ਹੋਵੇ ਇਹਦੇ ਲਈ ਤੇ ਮੈਂ ਨਾ ਤਹਿਸੀਲ ਦੀ ਜਾਂ ਹੋਰ ਜਿੱਥੇ ਵੀ ਜਿਹੜੇ ਵੀ ਡਿਪਾਰਟਮੈਂਟ ਦੀ ਬਣਦੀ ਹੈ ਡਰੇਨੇਜ ਵਾਲਿਆਂ ਨੂੰ ਵੀ ਕਹਿੰਦੇ ਆ ਹਾਂਜੀ ਸਾਰੀਆਂ ਮੈਂ 2-3 ਮਹਿਕਮੇ ਇਕੱਠੇ ਕਰਕੇ ਉਹਨਾਂ ਨਾਲ ਸਲਾਹ ਕਰਦੇ ਹਾਂ ਕਿ ਅਸੀਂ ਇਹਨੂੰ ਕਿੱਦਾਂ ਕਰਨਾ ਚਲੋ ਆਹ ਸੀਜ਼ਨ ਅਸੀਂ ਜਿੱਦਾਂ ਕਿੱਦਾਂ ਕਰਕੇ ਕਰਦੇ ਹਾਂ ਆਉਣ ਵਾਲੇ ਟਾਈਮ ਵਿੱਚ ਕਣਕ ਦੇ ਵੇਲੇ ਆਪਾਂ ਬੋਰ ਕਰੀਏ ਠੀਕ ਹੈ ਕਣਕ ਬੀਜਣ ਤੋਂ ਪਹਿਲਾਂ ਠੀਕ ਹੈ ਜਿਹੜਾ ਪਾਣੀ ਖੜਾ ਹੁੰਦਾ ਇੱਕ ਮੀਂਹ ਹੋਰ ਪੈ ਗਿਆ ਤੇ ਹਾਲੇ ਤਾਂ ਮੀਂਹ ਪਿਆ ਹੀ ਨਹੀਂ ਉਧਰ ਤਾਂ ਇਦਾਂ ਲੱਗਦਾ ਝੋੜ ਲੱਗੀ ਪਾਣੀ ਸਾਰਾ ਇੱਥੇ ਆਉਂਦਾ ਜੀ ਪਾਣੀ ਇੱਥੋਂ ਘੱਲ ਨਿਕਲਦਾ ਅਜੇ ਵੀ ਮੈਂ ਸੋਚ ਰਹੀ ਹਾਂ ਕਿ ਜੇ ਹਜੇ ਵੀ ਵਿੱਚ ਵਿਚਾਲੇ ਆਪਾਂ ਨੂੰ ਟਾਈਮ ਮਿਲ ਜੇ ਤਾਂ ਅਸੀਂ ਬੋਰ ਕਰ ਦਈਏ ਹਾਂਜੀ ਹੈ ਨਾ ਆ ਜਿਹੜਾ ਹੱਲ ਤੇ ਛੱਡ ਕੇ ਤੇ ਥੱਲੇ ਆ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਤਾਂ ਫਿਰ ਵਗਦਾ ਵੀ ਇਹਨਾਂ ਦਾ ਪਾਣੀ ਹੁੰਦਾ ਵੀ ਵੱਡੇ ਛੱਡ ਦੇ ਪਾਣੀ ਨਿਕਾਲ ਨਹੀਂ ਨਹੀਂ ਜੀ ਆਪਾਂ ਇਹ ਕੁਦਰਤ ਦਾ ਸਾਧਨ ਬਚਾਵਾਂਗੇ ਔਰ ਰਲ ਮਿਲ ਕੇ ਬਚਾਵਾਂਗੇ ਬਰਬਾਦੀ ਨਾਲੋਂ ਸਾਧਨ ਬਚਾਉਣਾ ਜ਼ਿਆਦਾ ਬਿਹਤਰ ਕਰਦੇ ਪਲਾਨ ਤੁਸੀਂ ਵੀ ਸਾਰੇ ਇਕੱਠੇ ਹੋ ਜਾਓ ਜੀ ਇਸ ਮੁੱਦੇ ਤੇ ਹਾਂਜੀ ਕਿ ਆਪਾਂ ਹਰ ਪੰਜਾਂ ਦਾ ਪਿੰਡਾਂ ਦਾ ਠੀਕ ਹੈ ਜੀ ਠੀਕ ਹੈ ਜੀ ਖੇਤਾਂ ਪਿੱਛੇ ਇੱਕ ਬੋਰ ਕਰਾਂਗੇ ਇੱਕ ਖੇਤ ਦੀ ਆਮਦਨ ਆ 6 ਮਹੀਨੇ ਕੋਈ ਵੀ ਜੀ ਮੈਡਮ ਜੀ ਜਿਹੜਾ ਕੋਈ ਸਕਾਮ ਵਧੀਆ ਸਾਂਝਾ ਹਰੇਕ ਕੰਮ ਨੂੰ ਆਪਾਂ ਨਾਲ ਹੀ ਮੋਰਿਓ ਨਾਲ ਕਰਾਵਾਂਗੇ ਮੈਂ ਉਹੀ ਗੱਲ ਕਰਦੀ ਵੀ 6 ਮਹੀਨਿਆਂ ਦੀ ਆਮਦਨ ਸਾਡੇ ਖੇਤ ਦੀ ਇੱਕ ਦੀ ਆਮਦਨ ਹੈ ਹਾਂਜੀ ਤੇ ਜਦੋਂ ਮਰਦੇ ਆ ਸਾਡੇ ਤਾਂ 10-10 20 ਸੈਂਕੜੇ ਮਰਦੇ ਆ ਇਹ ਕੀ ਚਲੋ ਸਾਰੇ ਲੋਕਾਂ ਦੀ ਹਰੇਕ ਕਿ ਇਹਨਾਂ ਨੇ ਮਰ ਗਏ 4-5 ਖੱਤੇ ਸਾਡੇ 10-12 ਮਰ ਗਏ ਆ ਮੁੱਖੇ ਮਖਿਆਰ ਸਿੰਘ ਦੇ ਕਿ ਇੱਕ ਥੋੜਾ ਬੰਦਾ 5-6 ਲੱਖ ਦੇ ਤੁਹਾਡੇ ਮਰ ਗਏ 2.5-3 ਲੱਖ ਦੇ ਇਹਨਾਂ ਦੇ ਮਰ ਗਏ ਹੋਰ ਵੀ ਲੋਕਾਂ ਦੇ ਇਦਾਂ ਹੈ ਪੂਰੇ ਹਲਕੇ ਵਾਸਤੇ ਸਾਨੂੰ 10 ਲੱਖ ਰੁਪਏ ਦੇ ਵਿੱਚ ਸਾਡਾ ਕੰਮ ਹੁੰਦਾ ਮੈਡਮ ਜੀ ਬਹੁਤ ਪਰਿਵਾਰ ਆ ਗਲੇ ਹੀ 1-2 ਜਣੇ ਨਹੀਂ ਘੱਟੋ ਘੱਟ 50 ਪਰਿਵਾਰ ਹੋਣੇ ਜਿਨ੍ਹਾਂ ਦੀ ਕਣਕ ਹੋਰ ਕੰਮ ਕਰੀਏ ਤੁਸੀਂ ਸਾਰੇ ਜਿੰਨੇ ਪਰਿਵਾਰ ਹੋ ਨਾ ਇਕੱਠੇ ਹੋ ਜਾਓ ਇੱਕ ਫੰਡ ਇਕੱਠਾ ਕਰ ਲਓ ਮੈਂ ਸਰਕਾਰੀ ਤੌਰ ਤੇ ਇਹ ਕੰਮ ਸ਼ੁਰੂ ਕਰਵਾਉਂਦੀ ਠੀਕ ਹੈ ਅਸੀਂ ਜ਼ਮੀਨ ਮਸ਼ੀਨ ਵੀ ਦੂਸਰੀ ਡਰਿੱਲ ਲੈ ਆਵਾਂਗੇ ਜਿਹੜੀ ਮੈਂਟੋਮੈਂਟ ਕਰਕੇ ਰਾਏ ਪਾ ਠੀਕ ਹੈ ਨਾ ਜੀ ਇਹ ਆਪਾਂ ਇੱਕ ਪ੍ਰੋਵੀਜ਼ਨ ਬਣਾ ਲੈਂਦੇ ਹਾਂ ਸੋਚਣਾ ਹੀ ਪੈਣਾ ਇਹ ਚੀਜ਼ਾਂ ਬਹੁਤ ਚਿਰ ਪਹਿਲਾਂ ਸੋਚਣੀਆਂ ਚਾਹੀਦੀਆਂ ਨੇ ਇਹਨੇ ਤੋਂ ਬਾਅਦ ਹੋ ਜਾਣਾ ਸ਼ੁਰੂ ਹਾਂਜੀ ਕਿਉਂਕਿ ਇਹ ਹੁਣ ਦਾ ਮਸਲਾ ਨਹੀਂ ਸਾਨੂੰ ਇਹ 20
ਜਦੋਂ ਸਵੇਰੇ ਗਏ ਆ ਤੁਸੀਂ ਟਾਈਮ ਕੱਢਦੇ ਪਹੁੰਚਦੇ ਆ ਬਹੁਤ ਵਧੀਆ ਗੱਲ ਆ ਜੀ ਬਹੁਤ ਚੰਗੀ ਗੱਲ ਆ ਮੇਰੀ ਡਿਊਟੀ ਆ ਨਹੀਂ ਨਹੀਂ ਠੀਕ ਆ ਜੀ ਮੇਰੀ ਡਿਊਟੀ ਹੈ ਮੈਂ ਉਹਦੇ ਵਾਸਤੇ ਤਾਂ ਪਹੁੰਚਦੀ ਹਾਂ।